ਥੋੜੇ ਲੋਕ ਨੇ ਪਿਆਰ ਦੇਣ ਵਾਲੇ, ਉਹਨਾਂ ਨੂੰ ਜੀ ਆਇਆ ਕਹਿਣਾ। ਮੈਂ ਬੇਨਤੀ ਕਰਾਂਗਾ ਬਾਬਾ ਜੀ ਦੇ ਸਤਿਕਾਰ ਤੋਂ ਪਹਿਲਾਂ ਉਹਨਾਂ ਦੇ ਨਾਲ ਸਤਿਕਾਰਯੋਗ ਭਾਈ ਸਾਹਿਬ ਤਜਿੰਦਰ ਸਿੰਘ ਜੀ ਜਿੰਦੂ ਆਏ ਨੇ, ਉਹ ਰਾਗੀ ਜੱਥੇ ਤੋਂ ਪਹਿਲੇ ਇੱਕ ਮਿੰਟ ਹਾਜ਼ਰੀ ਲਗਾਉਣਗੇ। ਮੈਂ ਬੇਨਤੀ ਕਰਾਂਗਾ ਉਹਨਾਂ ਨੂੰ ਸਟੇਜ ਤੇ ਆ ਕੇ ਇੱਕ ਮਿੰਟ ਲਈ ਖੜ ਕੇ ਹਾਜ਼ਰੀ ਲਾ ਲੈਣਗੇ। ਨਾਲ ਹੀ ਕੀਰਤਨੀ ਜਥਾ ਬੈਠਾ ਹੈ, ਨਹੀਂ ਨਹੀਂ ਆਓ ਜੀ ਆਓ। ਨਾਲ ਹੀ ਅਸਲ ਵਿੱਚ ਇੱਕ ਮਿੰਟ ਤੋਂ ਕਹਿਣ ਤੋਂ ਭਾਵ ਹੈ ਕਿ ਜਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੱਜ ਗਿਆ। ਮੈਂ ਕੋਈ ਇਸ ਤਰ੍ਹਾਂ ਨਹੀਂ ਵੀ ਉਹਨਾਂ ਦਾ ਮਿੰਟ ਘੱਟ ਕੀਤੇ ਨੇ, ਕੇਵਲ ਸਤਿਕਾਰ ਵਜੋਂ ਕਿਹਾ ਕਿ ਸੰਗਤ ਦੇ ਸਨਮੁਖ ਹਾਜ਼ਰ ਹੋਣਾ ਜੀ। ਮੇਰਾ ਦਿਲ ਤੇ ਕਰਦਾ ਸੀ ਉਹ ਘੰਟਾ ਬੋਲਦੇ, ਮੇਰੇ ਮਨ ਵਿੱਚ ਤੇ ਬਹੁਤ ਕੁਛ ਹੈ ਸਤਿਕਾਰ ਹੈ, ਪਰ ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਤਰੀਕ ਸਮੇਂ ਕਿ ਸੁਖਾਈ ਕਰਨੀ। ਘੜੀ ਮੇਰੇ ਬਸ ਵਿੱਚ ਵੀ ਨਹੀਂ ਹੈ, ਘੜੀ ਦੀਆਂ ਸੂਈਆਂ ਅਗਾਂਹ ਜਾਈ ਜਾ ਰਹੀਆਂ ਤੇ ਮੈਂ ਕਰ ਕੁਝ ਨਹੀਂ ਸਕਦਾ। ਸੋ ਸਤਿਕਾਰਯੋਗ ਮਹਾਂਪੁਰਸ਼ਾਂ ਦਾ ਸਤਿਕਾਰ ਕਰਦਾ, ਉਹਨਾਂ ਨੂੰ ਬੜੇ ਅਦਬ ਨਾਲ ਬੇਨਤੀ ਕਰ ਰਿਹਾ ਕਿ ਉਹ ਸੰਗਤ ਦੇ ਦਰਸ਼ਨ ਕਰਨਗੇ। ਇੱਕ ਜੈਕਾਰਾ ਦਿਓ ਉਸ ਨਾਨਕ ਸਰ ਕਲੇਰਾਂ ਦੀ ਧਰਤੀ ਲਈ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਸਿੱਖ ਸੰਗਤ ਮਨੋ ਦਿਲੋਂ ਤੇ ਹਿਰਦੇ ਤੋਂ ਕਰਦੀ ਹੈ। ਬੋਲੇ ਸੋ ਨਿਹਾਲ, ਦਸਾਂ ਪਾਤਸ਼ਾਹੀਆਂ ਦੀ ਜਾਗਤ ਜੋਤ ਪ੍ਰਤੱਖ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਸਤਸੰਗੀ ਜਨੋ, ਸਾਰੇ ਪਿਆਰ ਦੇ ਨਾਲ ਗੁਰਫਤਿਹ ਦੀ ਸਾਂਝ ਕਰੋ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਆਂ ਨੇ ਕੀਰਤਨ ਦੁਆਰਾ ਬਹੁਤ ਸੋਹਣੇ ਵਿਸ਼ੇ ਤੇ ਸ਼ਬਦਾਂ ਦਾ ਕੀਰਤਨ ਕੀਤਾ ਹੈ ਤੇ ਸਤਿਗੁਰ ਨੇ ਦੋਨਾਂ ਅਵਸਥਾਵਾਂ ਦੀ ਕੰਡੀਸ਼ਨ ਇੱਕੋ ਰੱਖੀ ਹੈ। ਸੰਤ ਦੀ ਕੰਡੀਸ਼ਨ ਹੈ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਤੇ ਗੁਰਸਿੱਖ ਦੀ ਵੀ ਕੰਡੀਸ਼ਨ ਉਹੀ ਰੱਖੀ ਹੈ ਜਿਹਦਾ ਸ਼ਬਦ ਗੁਰਮੁਖ ਪਿਆਰਿਆਂ ਨੇ ਕੀਤਾ ਹੈ। ਸੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੈ। ਸੰਤ ਵੀ ਉਹ ਹੈ ਜਿਹਦਾ ਸਾਸ ਤੇ ਗਰਾਸ ਚਿੰਤਨ ਤੇ ਸਿਮਰਨ ਕਰਦਾ, ਤੇ ਗੁਰਸਿੱਖ ਵੀ ਉਹ ਹੈ ਜਿਹਦਾ ਸਾਸ ਗਰਾਸ ਉਸ ਪਰਿਪੂਰਨ ਪਰਮਾਤਮਾ ਦਾ ਸਿਮਰਨ ਕਰਦਾ। ਤੇ ਸੱਚ ਜਾਣਿਓ ਸੰਸਾਰ ਤੇ ਗੁਰਸਿੱਖ ਭਗਤ ਤੇ ਸੰਤ ਦਾ ਦਰਜਾ ਮਿਲਦਾ ਹੀ ਨਾਮ ਜਪਣ ਵਾਲੇ ਨੂੰ ਹੈ। ਇੱਥੇ ਕੋਈ ਉਮਰਾਂ ਦਾ ਤਕਾਜ਼ਾ ਨਹੀਂ, ਇੱਥੇ ਕੋਈ ਬਹੁਤੀ ਵਿਦਿਆ ਦਾ ਮਾਣ ਨਹੀਂ, ਇੱਥੇ ਕੋਈ ਬਹੁਤੇ ਵੱਡੇ ਆਪਣੇ ਗੱਦੀ ਜਾਂ ਆਪਣੇ ਤਖ਼ਤ ਦਾ ਮਾਣ ਨਹੀਂ। ਭਾਵੇਂ ਉਮਰ 5 ਸਾਲ ਦੀ ਹੈ, ਭਾਵੇਂ ਉਮਰ 7 ਸਾਲ ਦੀ ਹੈ, ਜਿਹੜੀ ਰੂਹ ਦੇ ਅੰਦਰ ਨਾਮ ਪ੍ਰਵੇਸ਼ ਕਰ ਗਿਆ ਉਹਨੂੰ ਸੰਤ ਭਗਤ ਦਾ ਦਰਜਾ ਗੁਰਬਾਣੀ ਨੇ ਦਿੱਤਾ ਹੈ। ਸਾਹਿਬਾਂ ਦਾ ਪਾਵਨ ਬਚਨ, ਇੱਕ ਪੰਕਤੀ ਮੇਰੇ ਬੈਠਿਆਂ ਬੈਠਿਆਂ ਯਾਦ ਆ ਰਹੀ ਸੀ, ਕਿੱਡੀ ਛੋਟੀ ਅਵਸਥਾ ਸੀ ਪ੍ਰਹਿਲਾਦ ਦੀ, ਤੇ ਗੁਰਦੇਵ ਨੇ ਆਪਣੀ ਬਾਣੀ ਦੁਆਰਾ ਉਹਨੂੰ ਵੀ ਸੰਤ ਦਾ ਦਰਜਾ ਦਿੱਤਾ ਹੈ। ਸਤਿਗੁਰੂ ਕਹਿੰਦੇ ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ, ਹਰਨਾਕਸ਼ ਨਖ ਬਿਦਰਿਓ। ਕਹਿੰਦੇ ਉਸ ਸੰਤ ਪ੍ਰਹਿਲਾਦ ਦੀ ਜਿਸ ਪਰਮੇਸ਼ਰ ਨੇ ਪੈਜ ਰੱਖੀ ਤੇ ਹਰਨਾਕਸ਼ ਨੂੰ ਖਤਮ ਕੀਤਾ, ਇੱਥੇ ਉਮਰ ਦਾ ਤਕਾਜ਼ਾ ਨਹੀਂ, ਗੱਲ ਹੈ ਨਾਮ ਦੀ। ਜਿਸ ਸਰੀਰ ਦੇ ਅੰਦਰ ਨਾਮ ਪ੍ਰਵੇਸ਼ ਕਰ ਗਿਆ, ਜਿਹਦੀ ਅਵਸਥਾ ਸਾਸ ਗਰਾਸ ਵਾਲੀ ਬਣ ਗਈ, ਉਹੀ ਗੁਰਸਿੱਖ ਹੈ, ਉਹੀ ਸੰਤ ਹੈ। ਕਿੰਨਾ ਪਿਆਰਾ ਗੁਰਮੁਖ ਪਿਆਰਿਆਂ ਨੇ ਵਿਸ਼ਾ ਤੋਰਿਆ ਤੇ ਸੰਸਾਰ ਤੇ ਸੰਤ ਦਾ ਕਰਮ ਕੀ ਹੈ। ਮੈਂ ਆਹੀ ਬੇਨਤੀ ਕੋਈ ਗੁਰਮਤ ਦੀ ਨਹੀਂ ਕਰ ਰਿਹਾ, ਪਰ ਇੱਕ ਮਹਾਂਪੁਰਖਾਂ ਦਾ ਇਸ਼ਾਰਾ ਦੇ ਰਿਹਾ ਕਿ ਸੰਤ ਕੌਣ ਹੈ। ਦਾਸ ਸੰਪਰਦਾਇ ਨਾਨਕ ਸਰ ਕਲੇਰਾਂ ਦੇ ਕੂਕਰ ਹੋਣ ਦੇ ਨਾਤੇ ਮਹਾਂਪੁਰਖ ਬਾਬਾ ਆਨੰਦ ਸਿੰਘ ਦਾ ਬਚਨ ਸਾਂਝਾ ਕਰਨਾ ਹੈ। ਮਹਾਂਪੁਰਖ ਕਹਿੰਦੇ ਸਨ ਜਿਹੜੇ ਸੰਤ ਨੇ ਉਹ ਨੇ ਗੁਰੂ ਨਾਨਕ ਦੀਆਂ ਗੋਲੀਆਂ। ਰਾਜਿਆਂ ਦੇ ਘਰ ਵਿੱਚ ਗੋਲੀਆਂ ਹੁੰਦੀਆਂ, ਰਾਜਿਆਂ ਦੇ ਘਰ ਵਿੱਚ ਬੱਚੇ ਜਨਮ ਲੈਂਦੇ ਨੇ, ਉਹਨਾਂ ਦਾ ਪਾਲਣ ਪੋਸ਼ਣ ਮਲ ਮੂਤਰ ਸਭ ਕੁਝ ਗੋਲੀ ਕਰਦੀ ਹੈ, ਖੜਾਣਾ ਨਵਾਣਾ ਖਵਾਣਾ ਪਿਆਣਾ ਸੁਲਾਣਾ। ਕਹਿੰਦੇ ਬਚਪਨ ਤੋਂ ਲੈ ਕੇ ਜਨਮ ਤੋਂ ਲੈ ਕੇ ਉਹਦੀ ਸੂਝ ਤੱਕ ਸਾਰੀ ਕਿਰਿਆ ਗੋਲੀ ਕਰਦੀ ਹੈ, ਤੇ ਜਦੋਂ ਬੱਚੇ ਨੂੰ ਸੂਝ ਹੁੰਦੀ ਹੈ ਜਨਮ ਤੋਂ ਲੈ ਕੇ ਉਹਦੀ ਸਾਰੀ ਕਿਰਿਆ ਸੌਣ ਖਲਾਉਣ ਪਲਾਉਣ ਦਾ ਕਰਮ ਕਰਦੀ ਹੈ ਗੋਲੀ, ਤੇ ਉਹ ਬੱਚਾ ਉਸ ਗੋਲੀ ਨੂੰ ਮਾਂ ਕਹਿਣ ਲੱਗ ਜਾਂਦਾ ਹੈ। ਮਾਂ ਇੱਕ ਦਿਨ, 10 ਦਿਨ, 20 ਦਿਨ, ਜਦੋਂ ਮਹੀਨਿਆਂ ਵਿੱਚ ਗੱਲ ਜਾਂਦੀ ਹੈ, ਤੇ ਜਿਹੜੀ ਸਿਆਣੀ ਗੋਲੀ ਹੁੰਦੀ ਹੈ ਉਹਨੂੰ ਆਪਣੀ ਔਕਾਤ ਦਾ ਪਤਾ ਹੁੰਦਾ ਹੈ, ਮੈਂ ਤੇ ਤਨਖਾਹ ਲੈ ਕੇ ਮੈਂ ਤੇ ਚਾਕਰ ਹਾਂ, ਮੈਂ ਤੇ ਗੋਲੀ ਹਾਂ। ਜਦੋਂ ਬੱਚੇ ਨੂੰ ਪੂਰੀ ਸੋਝੀ ਹੁੰਦੀ ਹੈ ਫਿਰ ਗਿਆਨ ਕਰਾਉਂਦੀ ਹੈ
मैं तेरी मां नहीं। कहन लग्या क्यों, जन्म तो तू ही, मैं तेनू देख रहा, जो मैं बोलदा नहीं सी देख रहा सी, दृष्टि द्वारा मैं तेनू देख रहा सी, तू ही मेरी मां है। ते अगो गोली कहंदी नहीं, मां है तेरी राणी, मैं ते तेरे बाप दी और तेरी मां दी गोली हां, तेरी असली मां है ए राणी। बाबा जी बाबा नंद सिंह जी ए दृष्टांत दे के कहंदे सन, संत ओ है जिहड़ा जग्यासू जदों संगत विच आवे उहनू खलाण पलाण बच्चे वांगू सारा ज्ञान करावे, तेरा संसार ते आउण दा संकल्प की है, तेरी जिंदगी दा विकल्प की है, सिमरन किस तरह करना है, अमृत छक के गुरु नाल किस तरह जुड़ना है, सारा ज्ञान कराउण तों बाद जिस तरह बच्चा गोली नूं मां समझदा है, कई वारी उस जग्यासू शरीर नूं जिहड़ा संत ज्ञान कराउंदा है उहनू गुरु समझण लग जांदा है। महापुर कहिंदे असली संत ओ है जिहड़ा ज्ञान करावे, मैं गुरु नहीं, मैं तेरा मां जां बाप नहीं, अपना मां बाप है धन गुरु ग्रंथ साहिब, मैं ते ओ गुरु ग्रंथ साहिब दी गोली हां। ते सच जाणियो संसार ते अनेक संप्रदावां जिन्हां दे विचों संप्रदाय नानक सर कलेरां, संप्रदाय राड़ा साहिब, मस्तुआणा साहिब, हरखोवाल, जितने भी महात्मा आए किसी ने अपने आप नूं गुरु नहीं जनाया, केवल तो केवल गुरु नानक दीयां गोलियां बन के अपने जीवन दा वसर कीता और जग्यासुआं नूं संगत करा करा के जोड़िया, ते अपने आप नूं की किया, असीं आ गुरु नानक दीयां गोलियां, साडा मात पिता हर राया है धन गुरु ग्रंथ साहिब। महापुरख संत बाबा जसवंत सिंह जी ना ते बड़े वार सुनिया सी बाबा जी दा, पर 2.5 महीने तो बहुत प्यार बनिया साढ़े सारे महापुरखां दे नाल। ते गुरमुख प्यारियो, मेरे बैठे बैठे दे मन च ख्याल आ रहा सी, असी अपने महापुरखां दी शताब्दी मनाउण जा रहे हैं 2013 विच, उन्होंने बचन करन तो बाद ते रागी सिंघां नूं इशारा करना भी आ, दो तुकां जरूर पढ़ो, जिन्हों लोकी कई बारी माफ करना कहिंदे हो, तुहाडी इच्छा कच्ची बाणी कह दिंदे ने, उन्होंने कहना दो तुकां पढ़िओ, खंडे दा अमृत पी लै जे मिलना कलंगियां वाले नूं, बस इन्नी गल कहण दी देर हुंदी सी, हजारां दी तादाद विच लोक सामने नतमस्तक होंदे, महापुरखो करो इशारा, पंज प्यारियां नूं बाटा तैयार करो, सू अमृत छकना है। कारण की, संत महाराज बाबा अतर सिंह जी मस्तुआणा साहिब वाले सब नाल वध उन्होंने खंडे बाटे का अमृत छकाया अपने शरीर की मौजूदगी विच, और कदे कथा नहीं सन करते, केवल सीधियां धारना पढ़निया, ते हजारां की तादाद विच लोगों ने अमृत पान नूं तैयार होना, कई बारी ईरखावादी लोग हो जाते हैं, संगरूर शहर के कट्ठे होए भी ये संत ते बड़ा अपना ठाठा बागा बना रहे ने, क्यों ना आपां भी कट्ठे होके बड़े बड़े प्रचारक गुणी ज्ञानी बुलाईए, आपां भी दवान ला के अमृत दा बाटा तैयार करिए, बड़े बड़े प्रचारक बड़े बड़े गुणी ज्ञानी बुलाए दवान लाए, बड़ा कट्ठ होया, पर कहिंदे सारिआं दिनां विच इक भी शरीर तैयार नहीं होया, बड़ी निम्मो झोणी गल है। कहण लगे चलो महापुरखां कोल चलदे आ, गल नहीं जे बणी, महापुरखां कोल गए, जाके सच दस दिता, तुहाडे नाल ईरखा बस सारा समागम सी, तुसीं कृपा करो। कहिंदे महापुरख उस स्टेज ते आए, 15 मिंट खड़ के धारना पढ़िया, कहिंदे अद्ध नालों वध पंडाल अमृत वास्ते तैयार हो गया, ते जिहड़े प्रबंधक सन ना खलो गए, कहण लगे महापुरखो असी एडा एडा कथा इन्ने इन्ने अखरां दे अर्थ इन्ना ना बोध ज्ञान दिता, कोई तैयार नहीं होया, यह कि तुहाडे कोले कला जिहदा करके तुसीं आ सारा पंडाल तैयार कर दिता है। ते उस वेले अपने दाड़े नूं हथ ला के कहिंदे ना, कहिंदे कलंगियां वाले दी आ निशानी दी कृपा है जिहदा करके 15 मिंटां विच एडी कृपा होगी। कहण लगे जी दाड़े दी कृपा? कहण लगे हां दाड़े दी कृपा। कहण लगे कारण दसो की? कहण लगे ज्यों साडे ए मुख ते दाड़ा आया ना, कहण लगे असी अपने अज तक दी उमरां विच कदे इस दाड़े नूं झूठा हथ नहीं लाया, क्योंकि कलंगियां वाले दा बचन सी जे तू मेरे दर्शन करने ने अपना दाड़ा गाह करके दर्शन कर लिया कर, मेरे दीदार होणगे। ते माफ करना जे अज भी संत सब ते असी क्रिटिसाइज करदे आ, ते साडे नालों बेवकूफ कोई नहीं, ठीक है, पंज उंगलां इक्को जिहियां नहीं हुंदियां, दुनिया दे विच उहनां दी गिणती भी बहुत है, माथे हरकमित माला बाना लोगन राम खलौना जाना वालिआं दी गिणती बहुत है, पर ऐसे शरीर भी ने जिहड़े अज भी गुरु नानक दीआं गोलियां बन के धन गुरु ग्रंथ साहिब दे चाकर बन के लुकाई नूं धन गुरु ग्रंथ साहिब जी महाराज दे नाल जोड़ रहे ने, जिन्हां विच विशेष तौर ते सत्कारयोग बाबा जसवंत सिंह जी, महापुरख जिन्हां ने 5 रोजा समागम, किहड़े किहड़े महान कीर्तनीए, देखो गुरमुख प्यारे दस के गए ने, वडाला जी दिल्ली तों प्यार करके महापुरखां दा आए, उन्हां तों बाद भी दरबार साहिब दे हजूरी जत्थे
ਜਿਨ੍ਹਾਂ ਦੀ ਤਰੀਕ ਲੈਣ ਵਾਸਤੇ ਲੰਬਾ ਸਮਾਂ ਉਡੀਕ ਕਰਨੀ ਪੈਂਦੀ ਹੈ। ਇਹ ਸਾਰਾ ਕਥਾ ਕੀਰਤਨ ਕੇਵਲ ਤੁਹਾਨੂੰ ਮਹਾਂਪੁਰਖ ਆਪਣੇ ਨਾਲ ਜੋੜਨ ਵਾਸਤੇ ਨਹੀਂ ਕਰ ਰਹੇ, ਧੰਨ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਨ ਵਾਸਤੇ ਕਰਦੇ ਨੇ। ਇਹ ਹੈ ਸੰਤ ਦਾ ਕਰਮ, ਤੇ ਜੇ ਐਸੇ ਸੰਤ ਮਿਲ ਜਾਣ ਨਾ ਉਹਨਾਂ ਦਾ ਸਤਿਕਾਰ ਕਰਨਾ ਸਾਡਾ ਫਰਜ਼ ਬਣਦਾ ਹੈ। ਤੇ ਜਿਹੜੇ ਆਪਣੀਆਂ ਗੱਦੀਆਂ ਕੰਨਾ ਵਾਟੀ ਗੁਰ ਵਾਲੇ ਨੇ ਉਹਨਾਂ ਤੋਂ ਕਰਨਾ ਹੈ ਕਿਨਾਰਾ। ਜੁੜਿਆ ਹੋਇਆਂ ਦੀ ਸੰਗਤ ਕਰਾਂਗੇ ਕੀ ਪ੍ਰਾਪਤ ਹੋਵੇਗਾ? ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਮਹਾਂਪੁਰਖਾਂ ਦਾ ਪਿਆਰ। ਰਸਤੇ ਵਿੱਚ ਵੀ ਬਾਬਾ ਹਰਭਜਨ ਸਿੰਘ ਜੀ ਮਹਾਂਪੁਰਖਾਂ ਦਾ ਜ਼ਿਕਰ ਕਰਦੇ ਆਏ, ਭਾਵੇਂ ਸਰੀਰ ਨਿਰਬਲ ਹੈ ਪਰ ਜਿੱਥੇ ਵੀ ਅਸੀਂ ਪੰਜਾਬ ਦੇ ਵਿੱਚ ਸਮਾਗਮ ਕਰ ਰਹੇ ਹਾਂ ਲਗਾਤਾਰ ਹਰ ਸਮਾਗਮ ਤੇ ਘੰਟਿਆਂ ਬੱਧੀ ਬੈਠ ਕੇ ਕੀਰਤਨ ਸੁਣਦੇ ਨੇ। ਤੇ ਸਾਡਾ ਇੱਕੋ ਮਿਸ਼ਨ ਹੈ ਜਿਹੜਾ ਅਸੀਂ ਬੋਲ ਬੋਲ ਕੇ, ਤੁਸੀਂ ਸਾਰੇ ਲਾਈਵ ਟੈਲੀਕਾਸਟ ਦੇਖਦੇ ਹੋ, ਖੰਡੇ ਦਾ ਅੰਮ੍ਰਿਤ ਪੀ ਲਿਆ ਜੇ ਮਿਲਣਾ ਕਲੰਗੀਆਂ ਵਾਲੇ ਨੂੰ। ਅੱਜ ਲੋੜ ਹੈ ਆਪਣੇ ਆਪ ਨੂੰ ਗੁਰਸਿੱਖ ਬਣਾਉਣ ਦੀ। ਹਰ ਇੱਕ ਹੀ ਗੁਰਸਿੱਖ ਸੰਤ ਹੈ, ਪਰ ਜਿਹੜੀ ਪਰਿਭਾਸ਼ਾ ਦੱਸੀ ਹੈ ਸਾਸ ਗ੍ਰਾਸ ਦੀ ਉਹ ਅਪਣਾ ਲਈਏ। ਅਸੀਂ ਵੀ ਸੰਤ ਹਾਂ, ਅਸੀਂ ਸਾਰੇ ਸੰਤ ਬਣ ਸਕਦੇ ਹਾਂ, ਸਾਰੇ ਗੁਰਸਿੱਖ ਬਣ ਸਕਦੇ ਹਾਂ। ਪਰ ਗੱਲ ਹੈ ਜਿਹੜੀ ਬਾਬੇ ਫਰੀਦ ਨੇ ਕਹੀ ਹੈ, ਟਾਕਮ ਕੁੰਜੜੀਆਂ ਮਨੋ ਮਚਿੰਦੜੀਆਂ, ਜਿਹੜੀਆਂ ਮਨ ਨੂੰ ਮਚਲਾਉਣ ਵਾਲੀਆਂ ਗੱਲਾਂ ਛੱਡ ਕੇ ਰੱਬ ਨਾਲ ਜੁੜਨ ਵਾਲੀਆਂ ਗੱਲਾਂ, ਔਰ ਉਹਨਾਂ ਲੋਕਾਂ ਦਾ ਸੰਗ ਜਿਨ੍ਹਾਂ ਵਾਸਤੇ ਅਸੀਂ ਹਰ ਵੇਲੇ ਦਰਬਾਰ ਸਾਹਿਬ, ਅਕਾਲ ਤਖ਼ਤ, ਆਨੰਦਪੁਰ, ਹਜ਼ੂਰ ਸਾਹਿਬ ਕਿੱਥੇ ਨੀ ਅਰਦਾਸ ਹੁੰਦੀ, ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ। ਇਹ ਧੰਨ ਗੁਰੂ ਗ੍ਰੰਥ ਸਾਹਿਬ ਜਿਹੜੇ ਸਾਨੂੰ ਤੇਰੇ ਨਾਲ ਜੋੜਨ, ਜਿਨ੍ਹਾਂ ਦੇ ਕੋਲ ਬੈਠਿਆਂ ਤੇਰਾ ਨਾਮ ਚਿਤਾਵੇ, ਉਹਨਾਂ ਦਾ ਸੰਗ ਸਾਨੂੰ ਜ਼ਰੂਰ ਬਖਸ਼ੀ। ਦਾਸ ਸੰਪਰਦਾਇ ਨਾਨਕ ਸਰ ਕਲੇਰਾਂ ਦਾ ਨਿਮਾਣਾ ਕੂਕਰ ਹੋਣ ਦੇ ਨਾਤੇ ਸੰਤ ਬਾਬਾ ਹਰਭਜਨ ਸਿੰਘ ਜੀ ਵੱਲੋਂ ਇਸ ਸਮਾਗਮ ਦੇ ਵਿੱਚ ਸ਼ਿਰਕਤ ਕਰਦਿਆਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ, ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ, ਧੰਨ ਗੁਰੂ ਰਾਮਦਾਸ ਦੇ ਕੀਰਤਨੀਆਂ ਦੇ ਦਰਸ਼ਨ ਕਰਕੇ ਆਪਣੇ ਆਪ ਨੂੰ ਵੱਡ ਭਾਗੀ ਸਮਝਦੇ ਹਾਂ, ਔਰ ਮਹਾਂਪੁਰਖ ਬਾਬਾ ਜਸਵੰਤ ਸਿੰਘ ਜੀ ਵਾਸਤੇ ਅਰਦਾਸ ਕਰਦੇ ਹਾਂ, ਸਤਿਗੁਰੂ ਦੇਹ ਅਰੋਗਤਾ ਲੰਬੀ ਆਜੂ ਦੇਣ। ਜਿਸ ਤਰ੍ਹਾਂ ਅੱਗੇ ਲੰਬੇ ਸਮੇਂ ਦੇ ਵਿੱਚ ਜਗਿਆਸੂਆਂ ਨੂੰ, ਲੋਕਾਈ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਰਹੇ ਨੇ, ਇਸੇ ਤਰ੍ਹਾਂ ਜੋੜਨ। ਜਿੱਥੇ ਅਧਿਆਤਮਕ ਤੌਰ ਤੇ ਐਡਾ ਵੱਡਾ ਉਪਰਾਲਾ ਹੈ, ਉੱਥੇ ਦੁਨਿਆਵੀ ਪੱਖ ਤੇ ਵੀ ਜੋ ਇਹਨਾਂ ਨੇ ਬਹੁਤ ਵੱਡੇ ਵੱਡੇ ਕਾਰਜ ਕੀਤੇ ਨੇ, ਸਤਿਗੁਰੂ ਉਹ ਕਾਰਜ ਬਖਸ਼ਣ। ਦਾਸ ਇੱਥੇ ਆਪਣੇ ਸ਼ਬਦਾਂ ਨੂੰ ਸੰਕੋਚਦਾ, ਜੌਲ ਜੀ ਦਾ ਧੰਨਵਾਦ ਕਰਦਾ, ਇਹਨਾਂ ਨਾਲ ਪਿਆਰ ਹੈ ਤੇ ਉਹਨਾਂ ਨੇ ਸਮਾਂ ਬਖਸ਼ਿਆ, ਵੱਧ ਲੱਗ ਗਿਆ ਸਮਾਂ, ਖਿਮਾ ਦਾ ਜਾਚਕਾ, ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਨਕ ਕੱਚੜਿਆ ਸੰਤੋੜ, ਢੂੰਡ ਸੱਜਣ ਸੰਤ ਪੱਕਿਆ, ਓਏ ਜੀਵਨ ਦੇ ਵਿਛੜੇ ਓਏ ਮੋਇਆ ਨਾ ਜਾਈ ਛੋੜ, ਕੱਚਿਆਂ ਨਾ ਤੋੜ ਲੈ, ਕਿਉਂਕਿ ਕੱਚੇ ਇੱਥੇ ਛੱਡ ਜਾਂਦੇ ਨੇ। ਇਸ ਸਿਧਾਂਤ ਨਾਲ ਜੁੜੇ ਹੋਏ ਜਿਹੜੇ ਨੇ ਨਾ, ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਨਾਲ, ਉਹਨਾਂ ਨੇ ਤੇਰਾ ਪਾਰ ਉਤਾਰਾ ਕਰਨਾ, ਇਹ ਮੋਇਆ ਤੋਂ ਬਾਅਦ ਵੀ ਨਾਲ ਜਾਂਦੇ ਨੇ। ਸੋ ਸ਼ੁਕਰ ਗੁਜ਼ਾਰ ਹਾਂ ਸਤਿਕਾਰਯੋਗ ਭਾਈ ਸਾਹਿਬ ਤੇਜਿੰਦਰ ਸਿੰਘ ਜੀ ਜਿੰਦੋ, ਨਾਨਕ ਸਰ ਕਲੇਰਾਂ ਵਾਲੇ। ਮੈਂ ਅਦਬ ਨਾਲ ਬੇਨਤੀ ਕਰਾਂਗਾ, ਸਤਿਕਾਰ ਦੀ ਰਸਮ ਵਿਦੇਸ਼ ਤੋਂ ਆਏ ਹੋਏ ਗੁਰਸਿੱਖ ਮਹਾਂਪੁਰਸ਼ਾਂ ਦੀ ਹੁਕਮ ਮੁਤਾਬਕ ਨਿਭਾਉਣਗੇ। ਸਤਿਕਾਰਯੋਗ ਸੰਤ ਬਾਬਾ ਹਰਭਜਨ ਸਿੰਘ ਜੀ ਨਾਨਕ ਸਰ ਕਲੇਰਿਆਂ ਵਾਲਿਆਂ ਦਾ ਸਤਿਕਾਰ ਕਰਨਗੇ। ਅਦਬ ਨਾਲ ਬੇਨਤੀ ਹੈ ਜੀ, ਸਤਿਕਾਰ ਪ੍ਰਾਪਤ ਕਰੋ ਜੀ। ਇਹ ਸਾਰੇ ਹੀ ਮੇਰੇ ਵੀਰਾਂ ਨੂੰ ਬੇਨਤੀ ਹੈ ਭਾਈ ਸਤਿਕਾਰ ਦੀ ਰਸਮ ਨਿਭਾਓ ਸਾਰੇ ਇਕੱਠੇ ਹੋ ਕੇ। ਭਾਈ ਜਸਵਿੰਦਰ ਸਿੰਘ ਜੀ ਹੋਰੀ ਨਾਲ ਬੋਲੇ ਸੋ ਨਿਹਾਲ ਭਾਈ ਤੇਜਿੰਦਰ ਸਿੰਘ ਜੀ ਜਿੰਦੂ ਹੋਰਾਂ ਨੂੰ ਬੇਨਤੀ ਹੈ, ਉਹ ਵੀ ਸਤਿਕਾਰ ਪ੍ਰਾਪਤ ਕਰਨਗੇ। ਅਦਬ ਨਾਲ ਬੇਨਤੀ ਹੈ ਉਧਰੀ ਮਹਾਂਪੁਰਸ਼ਾਂ ਦੇ ਕੋਲ ਜਾਣ ਦੀ ਖੇਚਲ ਕਰੋ ਜੀ, ਸਤਿਕਾਰ ਪ੍ਰਾਪਤ ਕਰਨਾ ਹੈ। ਉਹਨਾਂ ਤੋਂ ਬਾਅਦ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਗੋਰੇ ਕਵਾਲ ਸਿੰਘ ਜੀ ਹੋਰਾਂ ਦੇ ਮਿਸ਼ਨ ਨੂੰ ਲੈ ਕੇ, ਔਰ ਪਰਮ ਪੂਜਨੀ ਬਾਬਾ ਕੁੰਦਨ ਸਿੰਘ ਜੀ ਭਲਾਈ ਕੇਂਦਰ ਨੂੰ ਚਲਾਉਣ ਵਾਲੇ ਪਰਉਪਕਾਰੀ ਰੂਹ, ਬੜੀ ਰੱਸੀ ਹੋਈ ਰੂਹ, ਸਤਿਕਾਰਯੋਗ ਮਾਤਾ ਬਿਪਨਪ੍ਰੀਤ ਕੌਰ ਜੀ, ਉਹ ਸਤਿਕਾਰ ਪ੍ਰਾਪਤ ਕਰਨਗੇ ਜੀ। ਉਹਨਾਂ ਨੂੰ ਵੀ ਬੇਨਤੀ ਹੈ ਕਿ ਉਧਰ ਜਾਣਗੇ। ਜਿੰਦੂ ਜੀ ਨੂੰ ਬੇਨਤੀ ਹੈ ਪਹਿਲੇ ਸਤਿਕਾਰ ਪ੍ਰਾਪਤ ਕਰੋ ਜੀ। ਮਾਤਾ ਜੀ ਤੁਸੀਂ ਵੀ ਕਿਰਪਾ ਕਰੋ ਜੀ। ਕੋਈ ਨੀ ਜੀ, ਮਹਾਂਪੁਰਸ਼ਾਂ ਨੇ ਹੁਕਮ ਕੀਤਾ ਜੀ। ਬੋਲੇ ਸੋ ਨਿਹਾਲ, ਸਤਿਕਾਰ ਸਹਿਤ ਬੇਨਤੀ ਹੈ ਕਿ ਸੰਗਤ ਵਿਚ ਭਾਈ ਸਾਹਿਬ ਭਾਈ ਸਤਿੰਦਰਪਾਲ ਸਿੰਘ ਜੀ ਹਜ਼ੂਰੀ ਰਾਗੀ, ਸਤਿੰਦਰਵੀਰ ਸਿੰਘ ਜੀ ਹਜ਼ੂਰੀ ਰਾਗੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬੜਾ ਮਿੱਠਾ ਕੀਰਤਨ ਕਰਦੇ ਨੇ, ਉਹ ਵੀ ਪਹੁੰਚ ਚੁੱਕੇ ਨੇ। ਭਾਈ ਸਾਹਿਬ ਭਾਈ ਕਰਨੈਲ ਸਿੰਘ ਜੀ ਸਜੇ ਬੈਠੇ ਨੇ, ਮਾਤਾ ਜੀ ਨੂੰ ਬੇਨਤੀ ਹੈ ਸਤਿਕਾਰ ਪ੍ਰਾਪਤ ਕਰਨਗੇ ਜੀ।
ਆਪਾਂ ਇਸ ਭਾਈ ਦਵਿੰਦਰ ਸਿੰਘ ਜੀ ਸੋਢੀ ਤੁਸੀਂ ਸਾਰੇ ਜਾਣਦੇ ਹੋ ਦਿਲ ਦੀਆਂ ਗਹਿਰਾਈਆਂ ਤੋਂ ਪਿਆਰ ਕਰਦੇ ਹੋ ਉਹ ਵੀ ਬੈਠੇ ਨੇ ਭਾਈ ਸਾਹਿਬ ਭਾਈ ਗੁਰਚੰਦ ਸਿੰਘ ਜੀ ਰਸੀਆ ਨਾਨਕਸਰ ਦਾ ਬੜਾ ਸਤਿਕਾਰਿਆ ਹੋਇਆ ਜਥਾ ਹੈ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਚੈਰੀਟੇਬਲ ਟਰੱਸਟ ਦੇ ਮੁਖੀ ਵੀ ਨੇ ਬੋਲੇ ਸੋ ਨਿਹਾਲ ਮੈਂ ਬੇਨਤੀ ਕਰਾਂਗਾ ਮਾਤਾ ਜੀ ਨੂੰ ਤਸਵੀਰ ਵੀ ਭੇਟ ਕੀਤੀ ਜਾ ਰਹੀ ਹੈ ਜੀ ਸਰਦਾਰ ਪਾਲ ਸਿੰਘ ਜੀ ਗਰੇਵਾਲ ਕੌਂਸਲਰ ਨਗਰ ਨਿਗਮ ਉਹਨਾਂ ਨੂੰ ਬੇਨਤੀ ਹੈ ਉਹ ਵੀ ਸਤਿਕਾਰ ਪ੍ਰਾਪਤ ਕਰਨਗੇ ਸਰ ਰਣਜੀਤ ਸਿੰਘ ਜੀ ਢਿੱਲੋਂ MLA ਸਾਹਿਬ ਸਤਿਕਾਰਯੋਗ ਬਾਬਾ ਜਿੰਦੂ ਜੀ ਹੋਰਾਂ ਨੂੰ ਬੇਨਤੀ ਹੈ ਬਾਬਾ ਜੀ ਇਹ ਸਤਿਕਾਰ ਕਰਕੇ ਜਾਣਾ ਆਪ ਜੀ ਨੇ ਜੀ ਸਰਦਾਰ ਪਾਲ ਸਿੰਘ ਜੀ ਗਰੇਵਾਲ ਜੀ ਦਾ ਸਤਿਕਾਰ ਇੱਕ ਮਿੰਟ ਲਈ ਕੌਂਸਲ ਨਗਰ ਨਿਗਮ ਬੋਲੇ ਸੋ ਨਿਹਾਲ ਸਰਦਾਰ ਰਣਜੀਤ ਸਿੰਘ ਜੀ ਢਿੱਲੋਂ MLA ਸਾਹਿਬ ਦਾ ਸਤਿਕਾਰ ਬਾਬਾ ਸੁਖਵਿੰਦਰ ਸਿੰਘ ਜੀ ਸਿਰਥਲੇ ਵਾਲਿਆਂ ਦਾ ਸਤਿਕਾਰ ਸਰਦਾਰ ਅਮਰਜੀਤ ਸਿੰਘ ਜੀ ਨਨਕਾਣਾ ਸਾਹਿਬ ਵਾਲੇ ਬੱਸ ਸਰਵਿਸ ਵਾਲੇ ਉਹਨਾਂ ਦਾ ਸਤਿਕਾਰ ਇਹ ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਨਨਕਾਣਾ ਸਾਹਿਬ ਵਾਲਿਆਂ ਨੂੰ ਸਤਿਕਾਰ ਪ੍ਰਾਪਤ ਕਰੋ ਜੀ ਬੋਲੇ ਸੋ ਨਿਹਾਲ MLA ਸਾਹਿਬ ਸਤਿਕਾਰ ਪ੍ਰਾਪਤ ਕਰ ਰਹੇ ਨੇ ਜੀ ਮੈਂ ਅਦਬ ਨਾਲ ਬੇਨਤੀ ਕਰਾਂਗਾ ਸਤਿਕਾਰ ਪ੍ਰਾਪਤ ਕਰੋ ਜੀ ਬੋਲੇ ਸੋ ਨਿਹਾਲ ਸ਼ੁਕਰਗੁਜ਼ਾਰਾਂ ਜੀ ਇਹਨਾਂ ਰਾਜਨੀਤਿਕ ਹਸਤੀਆਂ ਦਾ ਵੀ ਉੱਚੇ ਉੱਚੇ ਤੌਰ ਤੇ ਪਹੁੰਚੇ ਹੋ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਕਰਨੈਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿਹੜੇ ਬਡਾਲਾ ਜੀ ਨੂੰ ਨਾਲ ਲੈ ਕੇ ਆਏ ਰਸੀਆ ਜੀ ਦਾ ਵਿਸ਼ੇਸ਼ ਕਰਕੇ ਸੋਢੀ ਸਾਹਿਬ ਦਾ ਔਰ ਬੇਨਤੀ ਕਰਾਂਗਾ ਭਾਈ ਸਾਹਿਬ ਗੁਰਸ਼ਰਨ ਸਿੰਘ ਜੀ ਹੋੜਾਂ ਦਾ ਜਲਦੀ ਉਹਨਾਂ ਨੇ ਵੀ ਆਪ ਜੀ ਦੇ ਸਨਮੁਖ ਆਉਣਾ ਇਹਨਾਂ ਤੋਂ ਬਾਅਦ ਰਸੀਆ ਸਾਹਿਬ ਕੀਰਤਨ ਕਰਨਗੇ ਸੋ ਆਓ ਇੱਕ ਜੈਕਾਰਾ ਬੁਲਾਈਏ ਸੱਚਖੰਡ ਸ੍ਰੀ ਦਰਬਾਰ ਸਾਹਿਬ ਸੁਰਤੀ ਦੇ ਬਿਰਤੀ ਨੂੰ ਲੈ ਜਾਈਏ ਬੋਲੇ ਸੋ ਨਿਹਾਲ ਆਓ ਜੁੜ ਜਾਈਏ ਕੀਰਤਨ ਨਾਲ ਮਾ
Thank you.
फिर गुरु साहब जी सुखमनी साहब जी की बाणी दे विच प्रमाण करते ने मन बेचै सतगुर कै पास तिस सेवक के कारज रास। गुरु साहब जी अपार बख्शिश रहमत कृपा करन महापुरखां ते होर मेर भरिया हथ रख के इसे तरह ही सिख जगत की सिख कौम की सिख संगतां की सेवा लेंदे रहन। भुलां चुकां की खिमा बुलावो फतेह। वाहेगुरु जी का खालसा वाहेगुरु जी की फतेह। राज ना चाहो मुक्त न चाहो मन प्रीत चरण कमला रहे। सतगुरु जी की गोद विच बैठ के आप जी ने गुरबाणी का रस भिन्न कीर्तन सरवण किया है। सतखंड श्री दरबार साहब जी के हजूरी रागी भाई साहब भाई करनैल सिंह जी आप जी ने गुरु चरणा नाल जोड़ रहे सन। शुक्रगुजारा जत्थे का आप भी आए और भाई साहब भाई बलदेव सिंह जी बडाला जी भी लैके आए जिथे सन्मान दे रहे ने। मैं बेनती करांगा भाई साहब करनैल सिंह जी सत्कार प्राप्त करो जी। बोले सो निहाल देशां ते विदेशां विचों लगातार फोन कॉल्स आ रही ने। यूरोप के तकरीबन सारे देशां विचों आ रही ने क्योंकि बड़ी सत्कार ते श्रद्धा दे नाल ਭਾਵੇਂ ਇੱਥੇ ਅੱਧੀ ਰਾਤ ਹੋ ਗਈ ਹੈ ਪਰ ਅਜੇ ਉੱਥੇ ਦੁਪਹਿਰ ਹੈ ਔਰ ਇਸ ਕਰਕੇ ਬਹੁਤ ਸਾਰੀ ਸਿੱਖ ਸੰਗਤ ਬੜੇ ਪਿਆਰ ਤੇ ਸਤਿਕਾਰ ਨਾਲ ਕੀਰਤਨ ਵਿੱਚ ਜੁੜੀ ਬੈਠੀ ਹੈ ਔਰ ਸਮੁੱਚੀ ਸੰਗਤ ਵੱਲੋਂ ਬਾਰ ਬਾਰ ਫੋਨ ਆਉਂਦੇ ਨੇ ਦੂਸਰੇ ਦੇਸ਼ਾਂ ਵਿੱਚੋਂ ਵੀ ਕਿਉਂਕਿ ਮੈਂ ਬੇਨਤੀ ਕਰਾਂਗਾ ਸਤਿਕਾਰਯੋਗ ਬੇਰ ਸਾਹਿਬ ਪਹੁੰਚੇ ਨੇ ਸਰਦਾਰ ਹਰਚੰਦ ਸਿੰਘ ਜੀ ਗੋਲਬੜੀਆ ਸਾਹਿਬ ਲੁਧਿਆਣੇ ਤੋਂ ਉਹਨਾਂ ਨੂੰ ਜੀ ਆਇਆਂ ਆਖਦਾ ਸਤਿਕਾਰ ਦਿੰਦਾ ਇੱਥੇ ਆਉਣ ਤੇ ਕਿਉਂਕਿ ਬੇਰ ਸਾਹਿਬ ਦੀ ਕਿਰਪਾ ਦੇ ਨਾਲ ਇਹ ਸਾਰਾ ਹੀ ਆਲੇ ਦੁਆਲੇ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ ਜਿੱਥੇ ਤੁਸੀਂ ਬੈਠੇ ਹੋ ਕਿਉਂਕਿ ਸਹਿਯੋਗ ਨਿਗਮ ਦਾ ਹੁੰਦਾ ਔਰ ਨਗਰ ਨਿਗਮ ਨੇ ਪੂਰਾ ਸਹਿਯੋਗ ਦਿੱਤਾ ਉਹਨਾਂ ਦੇ ਹੁਕਮ ਮੁਤਾਬਕ ਔਰ ਮਹਾਂਪੁਰਸ਼ ਜਦੇ ਵੀ ਉਹਨਾਂ ਨੂੰ ਕੁਛ ਬੇਨਤੀ ਭੇਜਦੇ ਨੇ ਉਸੇ ਵੇਲੇ ਉਸ ਨੂੰ ਪ੍ਰਵਾਨ ਕਰ ਲੈਂਦੇ ਨੇ ਉਹਨਾਂ ਦਾ ਸ਼ੁਕਰ ਗੁਜ਼ਾਰ ਹਾਂ ਜੀ। ਮੈਂ ਅਦਬ ਨਾਲ ਬੇਨਤੀ ਕਰਾਂਗਾ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਚੰਦ ਸਿੰਘ ਜੀ ਰਸੀਆ ਬੜੀ ਇਸ ਜਥੇ ਤੇ ਰਹਿਮਤ ਬੜੀ ਬਖਸ਼ਿਸ਼ ਹੈ ਜੁੜ ਕੇ ਕੀਰਤਨ ਕਰਦੇ ਨੇ। ਇਹਨਾਂ ਤੋਂ ਬਾਅਦ ਤੁਹਾਡਾ ਆਪਣਾ ਜਥਾ ਲੁਧਿਆਣੇ ਦੀ ਸੰਗਤ ਜਿਹਨਾਂ ਨੂੰ ਬੜਾ ਪਿਆਰ ਕਰਦੀ ਹੈ
देश ते विदेश की संगत भाई साहब भाई दविंदर सिंह जी सोढ़ी उन्होंने थोड़े नाल कीर्तन की सांझ करनी है। मैनू अजूके तो आया हुआ जत्था भाई जगजीत सिंह जी जगी कहिंदे सन कि बड़ी गुरु ने रहमत की है असी इकट्ठिया ने एक एल्बम तैयार की है और सिख संगत ने उसनू भी आने वाले समय में सरवण करना है। सो रसिया साहब संगत सन्मुख सज गए ने कीर्तन की आरंभता हो रही है। एक जयकारा बुलाना जी मन बिरती एकाग्र करके प्रणाली कीर्तन की आरंभता हो जाएगी जी। बोले सो निहाल जथा लगभग 20 मिनट आप जी के सन्मुख रहेगा। पैसा भाई सतेंद्र वीर सिंह जी हजूरी रागी सचखंड श्री हरिमंदर साहब जो आए सन मैं उन्होंने नाम उदो अनाउंस किया बड़ा सत्कारित जथा है सिख कौम का बड़ा मिठा कीर्तन करते ने और दिल नूं टुंबदे ने और यही गल हुंदी है कीर्तन की कि जिहड़ा दिल नूं टुंबदा है हिरदे दीआं डुंघाईआं नूं टुंबदा है वह कीर्तन है आत्म रस दिंदा है वह कीर्तन है। सो मैं बेनती करांगा भाई साहब गुरचंद सिंह जी रसिया कीर्तन की आरंभता कर रहे हैं आओ कीर्तन में जुड़ जाइए जी। वाहेगुरू जी का खालसा वाहेगुरू जी की फतेह। भाई साहब भाई ओंकार सिंह जी ऊना साहब वाले भी पहुंच चुके ने उन्होंने भी जल्द ही आप जी के सन्मुख आना है बड़ी सतगुरु की रहमत है उन्होंने भी बड़ी बख्शिश है जो कीर्तन करते हैं वह भी किसी अकह रस में लै जाते हैं आओ कीर्तन में जुड़ जाइए। वाहेगुरू जी का खालसा वाहेगुरू जी की फतेह। साहबां दी गोद विच बैठ के मालक दे गुण गायन करन वास्ते जुड़े हाँ। बख्शीशां दा दिहाड़ा रहमतां दा दिन गुरु ग्रंथ साहिब पातशाह दी गोद है अते ओ महापुरुष जिन्हां दा देस परदेस बहुत वड्डे उपराले हन जिथे एडे वड्डे उपराले उथे सिख संगतां जिन्हां ते अज तो नहीं तकरीबन 40 साल दासां नूं भी तकदियां होए बाणी ते बाणे नाल जोड़न दे हर वक्त घर घर जा ए उपराले अज तक चल रहे हन। समा बहुत थोड़ा है दो शब्दां दा हुक्म होया सत्कारयोग बाबा सुखदेव सिंह जी बच्चों कला महापुरशां दा एक शब्द संतां के कारज आप खलोया एक शब्द निर्गुण राख लिया संतन का सदका। माता बिपन प्रीत कौर जी दियां बच्चियां बैठियां हन ये भी नाल नाल साथ सोढ़ी साहब बैठे हन सारे कीर्तनी बैठे हैं आओ आत्म रस दे रूप विच हाजरी भर लईए। जितने मेरे वीर मतावां बच्चे बच्चियां बैठे हो जिन्हां नूं बोलना आउंदा वह भी बोलो जिन्हां नूं नहीं बोलना आउंदा आओ अज मालक दी गोद विच बैठ के इहो जिहा महान दिन वधाइयां वंडण वास्ते जुड़े हो। कोई भी रसनाबाजी ना रवे निर्गुण राख लिया संतन का निर्गुण राख लिया गवाही महापुरुष दी पै जा संतन का मालक भी बांह फड़ लेंदा है पर्दे कज लेंदा है झोलियां भर दिंदा है सती वाह भी नहीं लगदा गवाही महापुरुष पूरे महापुरुष दी मोहे पापी पर्दा आओ करो कृपा सारे मिलके प्यार नाल पढ़ निर्गुण राख लिया संतन का सदका निर्गुण राख लिया संतन का सदका सतगुण ताक लिया मोए पापी पड़दा सतगुर ताक लिया मोहे पापी पड़दा निर्गुण राख लिया संतन का सतका निर्गुण राख
सदका सतगुर ढाक लिया मोहे पापी पड़दा सतगुरु पड़दे गज लैंदे झोलियां भर देंदे कोई बात ऊणी भी नहीं रहण देंदा मन दे सारे मनोरथ पूर्ण कर देंदे शर्त इको है
ਕੋਈ ਮਹਾਂਪੁਰਸ਼ ਗਵਾਹੀ ਪਾ ਦੇਵੇ, ਕੋਈ ਮਹਾਂਪੁਰਸ਼ ਜੋੜ ਦੇਵੇ, ਉਹ ਬੰਦਗੀ ਵਾਲੇ ਮਹਾਂਪੁਰਸ਼ ਅੱਜ ਧੰਨ ਧੰਨ ਬਾਬਾ ਆਨੰਦ ਸਿੰਘ ਜੀ, ਧੰਨ ਧੰਨ ਬਾਬਾ ਈਸ਼ਰ ਸਿੰਘ ਜੀ, ਜਿਨ੍ਹਾਂ ਦੀਆਂ ਰਹਿਮਤਾਂ ਇਹ ਮਹਾਂਪੁਰਸ਼ ਸੰਤ ਬਾਬਾ ਜਸਵੰਤ ਸਿੰਘ ਜੀ ਬਚਪਨ ਤੋਂ ਦਾਸ ਤੇ ਤਕਰੀਬਨ 25-30 ਸਾਲ ਲਗਾਤਾਰ ਨਾਲ ਹੀ ਸੇਵਾ ਵੀ, ਅੱਜ ਵੀ ਉਹ ਮਹਾਂਪੁਰਸ਼ ਜਿੱਥੇ ਜਿੱਥੇ ਮਿਹਰਾਂ ਦੇ ਮੀਂਹ ਵਰਸਾਉਂਦੇ ਹਨ, ਪਰ ਕਿਰਪਾ ਮਾਲਕ ਦੀ, ਜਿਨ੍ਹਾਂ ਨੂੰ ਭਰੋਸਾ ਮਾਲਕ ਤੇ, ਜਿਨ੍ਹਾਂ ਦਾ ਵਿਸ਼ਵਾਸ ਬਾਣੀ ਤੇ, ਉਹਨਾਂ ਦੇ ਕਾਰਜ ਆਪ ਹੀ ਕਰ ਦਿੰਦਾ ਹੈ, ਉਹਨਾਂ ਦੇ ਨਾਲ ਨਾਲ ਰਹਿ ਕੇ ਕਾਰਜ ਵੀ ਕਰਦਾ, ਝੋਲੀਆਂ ਵੀ ਭਰ ਦਿੰਦਾ। ਕਰਤੇ ਪੁਰਖ ਤਾਲ ਦਿਵਾਇਆ, ਪਿੱਛੇ ਲੱਗ ਚੱਲੀ ਮਾਇਆ, ਤੋਟ ਨਾ ਕਤਹੂੰ ਆਵੇ, ਮੇਰੇ ਪੂਰੇ ਸਤਿਗੁਰੂ ਪਾਵੇ। ਬਸ ਜਿਹੜੇ ਮਾਲਕ ਨੂੰ ਪਾ ਜਾਂਦੇ ਹਨ, ਮਾਲਕ ਨੂੰ ਚੰਗੇ ਲੱਗ ਜਾਂਦੇ ਹਨ, ਜਿਹੜੇ ਚੰਗੇ ਬਣ ਗਏ, ਉਹਨਾਂ ਦੇ ਮਗਰ ਮਗਰ ਦੁਨੀਆਂ ਦੇ ਲੋਕ ਮਗਰ ਮਗਰ। ਚੰਗਾ ਬਣਨਾ ਬਹੁਤ ਔਖਾ। ਅੱਜ ਹਰ ਮਨੁੱਖ ਕਹਿੰਦਾ ਮੈਂ ਬਹੁਤ ਚੰਗਾ, ਪਰਿਵਾਰ ਵਾਲੇ ਵੀ ਇੱਕ ਮਨੁੱਖ ਨੂੰ ਚੰਗਾ ਕਹਿ ਦਿੰਦੇ ਹਨ, ਕਿਉਂ ਨਾ ਚੰਗਾ ਕਹਿਣ, ਸਾਰਾ ਦਿਨ ਮਿਹਨਤ ਕਰਦਾ, ਮਜ਼ਦੂਰੀ ਕਰਦਾ, ਘਰ ਦੇ ਗੁਜ਼ਾਰੇ ਵਾਸਤੇ ਧਨ ਲਿਆਉਂਦਾ, ਚੰਗਾ ਹੀ ਹੈ। ਪਰਿਵਾਰ ਵਾਲੇ ਵੀ ਇੱਕ ਨੂੰ ਚੰਗਾ ਕਹਿ ਦਿੰਦੇ, ਗਲੀ ਮਹੱਲੇ ਵਾਲੇ ਵੀ ਕਈ ਵਾਰ ਇੱਕ ਮਨੁੱਖ ਨੂੰ ਚੰਗਾ ਕਹਿ ਦਿੰਦੇ ਹਨ, ਪਰਉਪਕਾਰ ਕਰਦਾ, ਸੇਵਾ ਕਰਦਾ। ਸ਼ਹਿਰ ਵਾਲੇ ਵੀ ਕਈ ਵਾਰ ਇੱਕ ਮਨੁੱਖ ਨੂੰ ਬਹੁਤ ਚੰਗਾ ਕਹਿ ਦਿੰਦੇ ਹਨ, ਬਹੁਤ ਚੰਗਾ, ਸਮਾਜ ਦੀ ਸੇਵਾ ਕਰਦਾ, ਪਰਉਪਕਾਰ ਕਰਦਾ। ਪਰ ਸਹਿਬ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਤਾਂ ਇੱਥੋਂ ਤੱਕ ਬਖਸ਼ਿਸ਼ ਕਰੜੇ, ਚੰਗਾ ਨਾਉਂ ਰਖਾਏ ਕੈ ਜਸ ਕੀਰਤ ਜਗ ਲੇ, ਸੰਸਾਰ ਉਹਦੀ ਜਸ ਕਰੇ, ਸੰਸਾਰ ਉਹਨੂੰ ਚੰਗਾ ਕਵੇ। ਪਰ ਆਖਰ ਵਿੱਚ ਇੱਕ ਬਚਨ ਕਹਿ ਦਿੱਤਾ, ਚੰਗਾ ਨਾਉਂ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਵਾਹਤ ਨਾ ਪੁੱਛੇ। ਜੇ ਉਹਦੀ ਬਖਸ਼ਿਸ਼ ਦਾ ਪਾਤਰ ਹੀ ਨਹੀਂ ਬਣਿਆ ਤਾਂ ਦਰਗਾਹ ਵਿੱਚ ਕਿਸੇ ਨਹੀਂ ਪੁੱਛਣਾ, ਤੂੰ ਕਿਸ ਸ਼ਹਿਰ ਦੇ ਰਹਿਣ ਵਾਲਾ, ਤੂੰ ਕਿਸ ਦੇਸ਼ ਦੇ ਰਹਿਣ ਵਾਲਾ, ਕਿਸ ਮਹੱਲੇ ਦੇ ਰਹਿਣ ਵਾਲਾ। ਆਓ ਬਈ, ਜਿਨ੍ਹਾਂ ਨੇ ਇਹ ਮਾਲਕ ਦੀਆਂ ਬਖਸ਼ਿਸ਼ਾਂ, ਆਓ ਬੈਠੇ ਹਨ ਮਹਾਂਪੁਰਸ਼ ਜਿਨ੍ਹਾਂ ਨੇ ਬਖਸ਼ਿਸ਼ਾਂ ਹਾਸਲ ਕੀਤੀਆਂ, ਤੇ ਅੱਜ ਮਾਲਕ ਵੀ ਰਹਿਮਤਾਂ ਨਾਲ ਝੋਲੀਆਂ, ਕੋਈ ਬਾਤ ਊੜੀ ਨਹੀਂ ਰਹਿਣ ਦਿੱਤੀ। ਆਓ ਇਹ ਸ਼ਬਦ, ਸੰਤਾਂ ਕੇ ਕਾਰਜ, ਸੰਤਾਂ ਕੇ ਕਾਰਜ ਆਪ ਖਲੋਇਆ, ਸੰਤਾਂ ਕੇ ਕਾਰਜ ਆਪ, ਸੰਤਾਂ ਕੇ ਕਾਰਜ ਸੰਤਾਂ
दर्द सुहावी ताल सुहावा दर्द सुहावी ताल सुहावा बिच अमृत जल छाया राम बिच अमृत जल साज कराया सकल मनोरथ पूरे सकल मनोरथ पूरे जय जयकार पया जग अंतर जय जयकार पया जग अंतर अविनाशी पूरन पूरख अचुत अविनाशी पूरन पूरख अचुत अविनाशी पूरन पूरख अचुत अविनाशी रस वेद पुरानी जस वेद पुरानी गाया अपना पीर रखिया परमेश्वर अपना पीर रखिया परमेश्वर अपना पीर रखिया परमेश्वर अपना पीर रखिया परमेश्वर नानक नाम आया नानक नाम आया राम
ਸੰਤਾਂ ਕੇ ਕਾਰਜ ਆਪ ਖਲੋਇਆ, ਆਪ ਕੰਮ ਕਰਦਾ, ਆਪ ਕਾਰਜ ਰਾਸ ਕਰਦਾ ਹੈ। ਅੱਜ ਜਿੱਥੇ ਮੇਰਾ ਦੇ ਮੀਂਹ ਵਰਸ ਰਹੇ ਹਨ, ਅੱਜ ਦਾ ਇਹ ਮਹਾਨ ਯੱਗ ਸਮਾਗਮ ਹੈ, ਕਿਉਂਕਿ ਪੁੰਨ ਬਣਾਉਣ ਵਾਸਤੇ ਜੁੜੇ ਹਾਂ, ਭਾਗ ਜਾਗੇ ਹਨ। ਜਿੱਥੇ ਅੱਜ ਆਪ ਜੀ ਜੁੜ ਬੈਠੇ ਹੋ, ਉੱਥੇ ਬਾਬਾ ਜੀ ਵੱਲੋਂ ਹੀ 9 ਅਗਸਤ ਦਾ ਜੋ ਸਮਾਗਮ ਸੰਤ ਬਾਬਾ ਜਸਵੰਤ ਸਿੰਘ ਜੀ, ਸੰਤ ਬਾਬਾ ਸੁਖਦੇਵ ਸਿੰਘ ਜੀ, ਮਾਤਾ ਬਿਪਨਪ੍ਰੀਤ ਕੌਰ ਜੀ, ਮਹਾਂਪੁਰਸ਼ ਸੰਤ ਬਾਬਾ ਹਰਭਜਨ ਸਿੰਘ ਜੀ, ਤਿੰਨਾਂ ਦੀ ਦੇਖ ਰੇਖ ਅਤੇ ਜਥੇਦਾਰ ਸ਼ਾਹ ਅਵਤਾਰ ਸਿੰਘ ਜੀ ਮੱਕੜ, ਉਹਨਾਂ ਦੇ ਉਪਰਾਲੇ ਸਦਕਾ ਮਾਡਲ ਟਾਊਨ ਸਟੈਂਕਸ਼ਨ ਵਿਖੇ 9 ਰਾਤ ਦਾ ਸਮਾਗਮ ਹੈ। ਆਪ ਸੰਗਤਾਂ ਨੇ ਇਸੇ ਤਰ੍ਹਾਂ ਹੁੰਮ ਹੁਮਾ ਕੇ ਪਹੁੰਚਣਾ, ਇਹ ਵੀ ਇਸੇ ਤਰ੍ਹਾਂ ਆਪਾਂ ਆਤਮ ਰਸ ਕੀਰਤਨ ਦਰਬਾਰ ਦਾ ਆਨੰਦ ਮਾਣਨਾ ਹੈ। ਅਗਲਾ ਪ੍ਰੋਗਰਾਮ ਆਓ ਜੋਹਲ ਸਾਹਿਬ ਕੋਲੋਂ ਸਰਵਣ ਕਰ ਲਈਏ। ਮੈਂ ਧੰਨਵਾਦ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ, ਆਪ ਰੱਬ ਵਰਗੀਆਂ ਸੰਗਤਾਂ ਦਾ, ਵੀਰ ਕਿਰਪਾਲ ਸਿੰਘ ਜੀ, ਵੀਰ ਕਰਨੈਲ ਸਿੰਘ ਜੀ, ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਖਿਮਾ ਮੰਗਦਾ, ਅਸੀਸ ਬਖਸ਼ੋ, ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।